ਮੌਸਮ 'ਚ ਬਦਲਾਵ ਦੇ ਨਾਲ ਗਰਮੀ ਲਗਾਤਾਰ ਵਧਣ ਲੱਗੀ ਹੈ, ਜਿਸ ਦੇ ਚਲਦਿਆਂ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਵੱਖ ਵੱਖ ਤਰੀਕੇ ਅਪਣਾ ਰਹੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕ ਡਾਕਟਰ ਕੇ ਗਿੱਲ ਨੇ ਦੱਸਿਆ ਕਿ ਤਾਪਮਾਨ ਵਿੱਚ ਵਾਧੇ ਦੇ ਨਾਲ ਗਰਮੀ ਦਾ ਵਧਣਾ ਜਾਰੀ ਹੈ। ਹਾਲਾਂਕਿ ਬਰਸਾਤ ਦੇ ਚਲਦਿਆਂ ਬੀਤੇ ਸਾਲ ਦੇ ਮੁਕਾਬਲੇ ਅਜੇ ਗਰਮੀ ਥੋੜ੍ਹੀ ਘੱਟ ਹੈ, ਪਰ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਗੇਹੂੰ ਦੀ ਫਸਲ ਸੰਭਾਲ ਕੇ ਅਗਲੀ ਫਸਲ ਦੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ ਅਤੇ ਆਮ ਲੋਕਾਂ ਨੂੰ ਦੁਪਹਿਰ ਵੇਲੇ ਬਾਹਰ ਘੱਟ ਨਿਕਲਣ ਦੀ ਸਲਾਹ ਦਿੱਤੀ ਹੈ। ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਮਈ ਦੇ ਵਿੱਚ ਟੈਂਪਰੇਚਰ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ ਗਏ ਆ, ਬਾਰਿਸ਼ ਵੀ ਕਾਫੀ ਵੈਸਟਰਨ ਡਿਸਟਰਬੈਂਸ ਦੇ ਨਾਲ ਰਹੀ ਹੈ। ਸੋ ਸਾਡੇ ਰਿਕਾਰਡ ਦੇ ਅਨੁਸਾਰ ਜਿਵੇਂ ਲੁਧਿਆਣੇ ਵਿੱਚ 42 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਹੈ ਰਿਕਾਰਡ ਕੀਤੀ ਗਈ ਹੈ। ਸੋ ਇਹ ਜਿਹੜੀ ਹੈ ਨੋਰਮਲ ਨਾਲੋਂ ਜ਼ਿਆਦਾ ਇਸ ਵਾਰੀ ਬਾਰਿਸ਼ ਰਹੀ ਹੈ, ਜਿਹਦੇ ਨਾਲ ਕਿ ਮਤਲਬ ਜਿਹੜੀ ਠੰਡ ਆ ਉਹ ਵੀ ਐਕਸਟੈਂਡ ਹੋ ਗਈ ਹੈ। ਸੋ ਬਟ ਹੁਣ ਜਿਹੜੀ ਫੋਰਕਾਸਟ ਹੈਗੀ ਹੈ ਉਹਦੇ ਅਕੋਰਡਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੋ ਕੱਲ੍ਹ ਦਾ ਜਿਹੜਾ ਟੈਂਪਰੇਚਰ ਹੈ ਦਿਨ ਦਾ ਉਹ 40 ਡਿਗਰੀ ਤੱਕ ਜਿਹੜਾ ਰਿਕਾਰਡ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਵਧਣ ਦੀ ਸੰਭਾਵਨਾ ਹੈ, ਕਿਉਂਕਿ ਜਿਹੜਾ ਮੌਸਮ ਹੈ ਉਹ ਸਾਫ਼ ਰਹੇਗਾ ਅਤੇ ਮਤਲਬ ਜਿਹੜਾ ਵੀ ਹੈ ਮਤਲਬ ਕਿਸਾਨ ਵੀਰ ਆਪਣੇ ਜਿਹੜੇ ਸਾਂਭ ਸੰਭਾਲ ਦੇ ਕੰਮ ਕਰ ਸਕਦੇ ਹਨ ਇਹਨਾਂ ਦਿਨਾਂ ਦੇ ਵਿੱਚ। ਸੋ ਇਹੀ ਸੰਭਾਵਨਾ ਕੀਤੀ ਜਾ ਰਹੀ ਹੈ ਕਿ ਹੁਣ ਜਿਹੜਾ ਟੈਂਪਰੇਚਰ ਹੈ ਉਹ ਗ੍ਰੈਜੂਅਲੀ ਜਿਹੜਾ ਉਹ ਰਾਈਜ਼ ਕਰੇਗਾ ਅਤੇ ਗਰਮੀ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਵੱਧ ਸਕਦੀ ਹੈ। ਕਿਸਾਨਾਂ ਦਾ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਹੁਣ ਤਾਂ ਜਿਹੜਾ ਮੌਸਮ ਸਾਫ਼ ਹੈ ਉਹ ਬਹੁਤ ਜ਼ਰੂਰੀ ਹੈ ਸਾਫ਼ ਰਹਿਣਾ, ਕਿਉਂਕਿ ਜਿਹੜੇ ਆਲਰੇਡੀ ਸਾਡੀ ਜਿਹੜੀ ਕਣਕ ਦੀ ਫਸਲ ਹੈ ਉਹ ਲੇਟ ਹੋ ਚੁੱਕੀ ਹੈ, ਉਹਦੀਆਂ ਵਾਢੀਆਂ ਉਹਦੀਆਂ ਮਤਲਬ ਥ੍ਰੈਸ਼ਿੰਗ ਜਿਹੜੀ ਆ ਉਹ ਵੀ ਲੇਟ ਹੋ ਗਈ ਸੀਗੀ, ਕਿਉਂਕਿ ਟੈਂਪਰੇ ਮਤਲਬ ਥੋੜ੍ਹਾ ਬਾਰਿਸ਼ ਆਉਣ ਦੇ ਨਾਲ ਜਿਹੜਾ ਮਤਲਬ ਉਹਦੇ 'ਚ ਮੋਇਸਚਰ ਲੱਗ ਰਿਹਾ ਸੀਗਾ ਹੋਏਗਾ। ਸੋ ਇਸ ਟਾਈਪ ਦੇ ਨਾਲ ਹੁਣ ਜਿਹੜੀ ਆ ਉਹ ਸਾਂਭ ਸੰਭਾਲ ਕੰਪਲੀਟ ਹੋ ਸਕਦੀ ਹੈ, ਇਸ ਕਰਕੇ ਉਹਨਾਂ ਨੂੰ ਕਿਸਾਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇਹ ਕੰਮ ਨਿਪਟਾ ਕੇ ਆਪਣੀਆਂ ਜਿਹੜੀਆਂ ਦੂਸਰੀਆਂ ਫਸਲਾਂ ਨੇ ਜਿਵੇਂ ਕਿ ਝੋਨੇ ਦੀ ਫਸਲ ਹੁਣ ਹੈਗੀ ਹੈ, ਨਰਮੇ ਦੀ ਫਸਲ ਆ, ਉਹਦੇ ਵੱਲ ਆਪਣੇ ਖੇਤ ਦੀ ਤਿਆਰੀ ਕਰਨੀ ਚਾਹੀਦੀ ਹੈ। ਸੋ ਜਿਹੜੀ ਝੋਨੇ ਦੀ ਵੀ ਆਪਣੀ 20 ਮਈ ਤੋਂ ਜਿਹੜੀ ਉਹਨਾਂ ਦੀ ਪਨੀਰੀ ਦੀ ਬਿਜਾਈ ਉਹ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਜੂਨ ਦੇ ਵਿੱਚ ਉਹਦੀ ਲਵਾਈ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਨਰਮਾ ਆ ਉਹ ਵੀ ਜਿਹੜਾ ਦੱਖਣ ਪੱਛਮੀ ਇਲਾਕੇ ਨੇ ਜਿਹੜੇ ਪੰਜਾਬ ਦੇ ਉਹਨਾਂ ਵਿੱਚ ਨਰਮੇ ਦੀ ਜਿਹੜੀ ਫਸਲ ਆ ਉਹ ਵੀ ਇਹਨਾਂ ਥਾਂ ਬੀਜੀ ਜਾਂਦੀ ਹੈ। ਸੋ ਉਹਦੇ ਲਈ ਵੀ ਇੱਕ ਤਰ੍ਹਾਂ ਨਾਲ ਇਹ ਮੌਸਮ ਠੀਕ ਹੈਗਾ ਕਿ ਜਿਹੜਾ ਟੈਂਪਰੇਚਰਸ ਨੇ ਜਿਹੜਾ ਨਰਮਾ ਆ ਉਹ ਉਹਨੂੰ ਮਤਲਬ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਸਾਂਭ ਸੰਭਾਲ ਕਰਕੇ ਆਪਣੀ ਫਸਲ ਵੱਲ ਹੋ ਸਕਦੇ ਆ। ਸੋ ਇਸ ਕਰਕੇ ਓਵਰਆਲ ਦੇਖਿਆ ਜਾਵੇ ਤਾਂ ਹੁਣ ਇਹ ਜਿਹੜਾ ਮੌਸਮ ਹੈ ਕਿਸਾਨਾਂ ਲਈ ਮਤਲਬ ਫੇਵਰੇਬਲ ਹੈ, ਜਿਹਦੇ ਨਾਲ ਕਿ ਹੁਣ ਅੱਗੋਂ ਜਿਹੜੇ ਬਾਰਿਸ਼ ਦੀ ਸੰਭਾਵਨਾ ਕੋਈ ਜ਼ਿਆਦਾ ਨਜ਼ਰ ਨਹੀਂ ਆ ਰਹੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।